ਜਿਹਨਾਂ ਨੇ ਇਸ ਬਾਣੀ ਦੇ ਵਿੱਚ ਪਾਠ ਦੇ ਸਹਿਯੋਗ ਕੀਤਾ ਹੈ, ਸਵਾਮੀ ਵਿਵੇਕਾਨੰਦ ਮਹਾਰਾਜ ਜੀ ਜਾਂ ਹੋਰ ਸੱਜਣ ਪ੍ਰੇਮੀ, ਉਹਨਾਂ ਦਾ ਵੀ ਇਸ ਵਿੱਚ ਯੋਗਦਾਨ ਹੋਇਆ ਹੈ। ਸੋ ਸਭੀ ਸੰਗਤਾਂ ਨੂੰ ਮੈਂ ਇਸ ਪਵਿੱਤਰ ਕਾਰਜ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ। ਆਉਣ ਵਾਲੇ ਸਮੇਂ ਵਿੱਚ ਸਭੀ ਸੰਗਤਾਂ ਲਈ, ਸਭੀ ਮਹਾਂਪੁਰਸ਼ਾਂ ਲਈ ਰਾਮਪੁਰ ਧਾਮ ਦੇ ਵਿੱਚ ਬਾਣੀ ਹਮੇਸ਼ਾ ਲਈ ਉਪਲਬਧ ਰਹੇਗੀ। ਗੁਰਦੇਵ ਮਹਾਰਾਜ ਦੇ ਆਸ਼ੀਰਵਾਦ ਨਾਲ, ਸਵਾਮੀ ਸੰਤ ਰਾਮ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ, ਸਤਿਗੁਰ ਪੁਰੀ ਵਾਲੇ ਮਹਾਰਾਜ ਜੀ ਦੇ ਲਿਖੇ ਹੋਏ ਦਰਬਾਰ ਸਾਹਿਬ ਦੇ ਅਨੁਸਾਰ ਇਹ ਬਾਣੀ ਸ਼ਬਦ ਕਰ ਤਿਆਰ ਹੋ ਚੁੱਕੀ ਹੈ। ਅੱਜ ਇਸ ਬਾਣੀ ਦੇ ਨਵੇਂ ਪ੍ਰਕਾਸ਼ਨ ਦੇ, ਨਵੇਂ ਐਡੀਸ਼ਨ ਦੇ ਨਵੇਂ ਦਰਬਾਰ ਸਾਹਿਬ ਪ੍ਰਾਰੰਭ ਹੋ ਰਹੇ ਹਨ ਪੰਜਾਬ। ਇਸ ਲਈ ਮੈਂ ਸਾਰੀਆਂ ਹੀ ਸੰਗਤਾਂ ਨੂੰ ਇਸ ਦੀ ਬਹੁਤ ਬਹੁਤ ਵਧਾਈ ਦਿੰਦਾ। ਦਰਬਾਰ ਸਾਹਿਬ ਦੇ ਪ੍ਰਬੰਧ ਵਿੱਚ ਰਾਮ ਕਿਸ਼ਨ ਸਾਹਿਬ ਦੀ ਗੀਤਾਂ ਜਾਂ ਇਹਨਾਂ ਦੇ ਹੋਰ ਸਾਥੀ ਪਾਠੀ ਮਹਾਨ ਪੁਰਸ਼ ਸਭੀ ਮਿਲ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਜਾਪ ਪਰਸੋਂ ਤੱਕ ਉਚਾਰਨ ਕਰਨਗੇ। ਇਸ ਲਈ ਜੇ ਵੀ ਪਾਠੀ ਜੀ ਨੇ ਵੀ ਪਾਠ ਕਰਨਾ ਹੈ, ਉਹ ਸਭੀ ਭਗਵਤ ਸ਼ੁੱਧੀ ਨਾਲ ਸੰਪਰਕ ਨਾਲ ਪਾਠ ਕਰਨਗੇ। ਪਹਿਲਾਂ ਸਰਬੰਧ ਸਾਡੇ ਕੋਲ ਨਾਮ ਖਾਣਗੇ, ਉਸ ਤੋਂ ਬਾਅਦ ਆਧਾਰ ਦੇ ਵਿੱਚ ਬਲਰਾਮ ਦਾਸ ਦੀ ਡਿਊਟੀ ਹੈ, ਸਵਾਮੀ ਰਤਨ ਦਾਸ ਜੀ ਸਭੀ ਕਾਰਜ ਆਏ ਹੋਏ ਸੰਗਤਾਂ ਵਾਸਤੇ, ਆਈਆਂ ਹੋਈਆਂ ਸੰਗਤਾਂ ਵਾਸਤੇ ਸਮਿਆਂ ਰਹਿੰਦੀਆਂ ਸਾਰੇ ਸੰਗਤੇ ਨਵੀਨ ਸਿੰਘ ਸਾਡੇ ਸੰਗਤੇ ਖਾਸ ਮੈਂਬਰ ਹਨ, ਇਸ ਦਰਬਾਰ ਦੇ ਖਾਸ ਪ੍ਰਬੰਧਕ ਹਨ। ਉਦਘਾਟਨ ਮਿਹਰਬਾਨ ਸਾਹਿਬ ਮਹਾਰਾਜ ਕਰਨਗੇ, ਹੋਰ ਵੀ ਮਹਾਨ ਪੁਰਸ਼ਾਂ ਦੀ ਹਾਜ਼ਰੀ ਵਿੱਚ ਕਾਰਜ ਹੋਵੇਗਾ। ਬੋਲੀਏ ਬੰਦੀ ਸ਼ੋਰ ਮਹਾਰਾਜ ਕੀ ਜੈ। ਪੂਰਨ ਦਮ ਕਿਰਪਾ ਨਿਦਾਨ ਸੁਣ ਕੇ ਪੂਰਨ ਦਮ ਕਿਰਪਾ ਨਿਦਾਨ ਸੁਣ ਕੇ ਸੋਤਕਾਰ ਗਰੀਬ ਦਾਸ ਮੁਝ ਦੀਨ ਕੀ ਰੱਖਿਓ ਬਹੁਤ ਸਮਾਰ। ਪੂਰਨ ਦਮ ਕਿਰਪਾ ਨਿਦਾਨ ਸੁਣ ਕੇ ਸੋਤਕਾਰ ਗਰੀਬ ਦਾਸ ਮੁਝ ਦੀਨ ਕੀ ਰੱਖਿਓ ਬਹੁਤ ਸਮਾਰ। ਓਮ ਸਤਿ ਸਾਹਿਬ ਅੰਮ੍ਰਿਤਮਈ ਬਾਣੀ ਮੰਗਲਾ ਚਰਨ ਗਰੀਬ ਨਮੋ ਸਤ ਖੁਸ਼ਬੋ ਨਮਸਕਾਰ ਗੁਰ ਕੀ ਸੋਨਾ ਰਮਨ ਸਾਰ ਸੰਤੋ ਸਰਬ ਸ੍ਰੀ ਸਤਿਗੁਰ ਸਾਹਿਬ ਸੰਤ ਸਭ ਆਗੇ ਪਿਛੇ ਮਤ ਹੋਵੇ ਨਿਰਾਕਾਰ ਨਿਰਵੇਸ਼ਨ ਕਾਲ ਜਾਲ ਵੈ ਭੰਜਨ ਨਿਰਲੇ ਬਨ ਨਿਜ ਨੇ ਪੁਰਾਣ ਅਤਿ ਅਨੋ ਪਵੇ ਸੁਣ ਸੋਹਣ ਸੁਰਤ ਸਮਾ ਸੁਨਮੰਦ ਨਿਰਵਾਣ ਮੰਦਰ ਧੀਰ
आद मंत्रे जो आद मंत्रे अतले अवंगी मंत्र सदा सत्संगी मंत्र जो लीन मंत्र कहे गंगी कहे सोहंग सोहान मंत्रे अगमे अनुराग मंत्र जिर भय अडोल मंत्र जिर मंत्र बंद मंत्र निश्चल मंत्र लिंग है गरी मुल जार मंत्र जिर भय ਬੰਦੇ ਦਾ ਵਰਗਾ ਸਵਰਦਾ
ਤੇਰਾ ਸਹਾਰਾ ਮਿਲ ਜਾਏ ਦਾਤਾ, ਦੁਨੀਆ ਦੀ ਪਰਵਾਹ ਨਹੀਂ ਕਰਦਾ। ਇੱਕ ਤੇਰਾ ਸਹਾਰਾ ਮਿਲ ਜਾਏ ਦਾਤਾ, ਦੁਨੀਆ ਦੀ ਪਰਵਾਹ ਨਹੀਂ ਕਰਦਾ। ਕਰਾਂ ਸ਼ੁਕਰਾਨਾ ਦਾਤਾ, ਮੈਂ ਤੇਰੇ ਉਪਕਾਰਾਂ ਦਾ, ਮੈਂ ਤੇਰੇ ਉਪਕਾਰਾਂ ਦਾ, ਮੈਂ ਤੇਰੇ ਉਪਕਾਰਾਂ ਦਾ। ਔਖੇ ਵੇਲੇ ਸਾਥ ਨਿਭਾਵੇਂ, ਰੂਪ ਬਣਾ ਕੇ ਯਾਰਾਂ ਦਾ, ਰੂਪ ਬਣਾ ਕੇ ਯਾਰਾਂ ਦਾ, ਰੂਪ ਬਣਾ ਕੇ ਯਾਰਾਂ ਦਾ। ਸੁੱਖਾਂ ਵੇਲੇ ਸਾਰੀ ਦੁਨੀਆ, ਓ ਸੁੱਖਾਂ ਵੇਲੇ ਸਾਰੀ ਦੁਨੀਆ, ਦੁੱਖਾਂ ਵਿੱਚ ਕੋਈ ਬਾਣੀ ਫੜਦਾ। ਇੱਕ ਤੇਰਾ ਸਹਾਰਾ ਮਿਲ ਜਾਏ ਦਾ, ਦੁਨੀਆ ਦੀ ਪਰਵਾਹ ਨਹੀਂ ਕਰਦਾ। ਇੱਕ ਤੇਰਾ ਸਹਾਰਾ ਮਿਲ ਜਾਏ ਦਾ, ਦੁਨੀਆ ਦੀ ਪਰਵਾਹ ਨਹੀਂ ਕਰਦਾ। ਰੱਖੀ ਨਿਗਾਹ ਮਿਹਰ ਦੀ ਦਾਤਾ, ਮੈਂ ਮੂੰਹ ਰੱਖਿਆ ਨੀ ਜਾਣੇ ਤੇ, ਮੈਂ ਮੂੰਹ ਰੱਖਿਆ ਨੀ ਜਾਣੇ ਤੇ, ਮੈਂ ਮੂੰਹ ਰੱਖਿਆ ਨੀ ਜਾਣੇ ਤੇ। ਚੰਗਾ ਮਾੜਾ ਸਮਾਂ ਗੁਜ਼ਾਰਾਂ, ਸਤਿਗੁਰ ਤੇਰੇ ਪਾਣੇ ਤੇ, ਸਤਿਗੁਰ ਤੇਰੇ ਪਾਣੇ ਤੇ। ਸਾਧ ਕੀ ਹਮ ਚਰਨ ਕੀ ਗਏ ਆ।
ਕਥਾ ਕੀਰਤਨ ਕਲ ਵੇਖੈ ਤਿਰਦੇ ਕੋ ਅਪਣੈ ਔਰ ਗੂੰਜੈ ਅਪਦੇਸ਼ ਮਾਰ ਪੂਰਨ ਰਮ ਕਿਰਪਾਲ ਦਾਨ ਫਿਰ ਬੰਦੇ ਤੂੰ ਕਰ ਬੰਦਗੀ ਤੋ ਪਾਵੇ ਕੁਮਾਰ ਤੇ ਤੂੰ ਕਿਆ ਰੁੱਤੇ ਮੋਹੇ ਨਸ਼ਾ ਹੋਏਗਾ ਮੈਂ ਰੁੱਤੋ ਕੀ ਤੋਹੇ ਕਬੀਰ ਕਾ ਕਿਆ ਹਮ ਆਏ ਕੇ ਕਾ ਕਰ ਜਾਏ ਕਿ ਮੈਂ ਕਾ ਉੱਠ ਕੇ ਚੱਲ ਮੁਰ ਦਵਾਏ ਕਬੀਰ ਵਾਜ ਯਾਦ ਕਰ ਪ੍ਰਭੂ ਪਤਰ ਸੁਣ ਹੋਏ ਕਲੀ ਕਲੀ ਬੁੱਧੀ ਫਿਰ ਦੁੱਖ ਨਦਾਰ ਕੋਏ ਕਬੀਰ ਯਤਨ ਕਾ ਚਾ ਕੁੰਭ ਹੈ ਜੋ ਤੋਂ ਦਿਖਾਏ ਇਸ ਹਰ ਕੇ ਨਾਮ ਬਿਨਾ ਜਕਰ ਬਲ ਜਾਏ ਕਬੀਰ ਯਤਨ ਕਾ ਚਾ ਕੁੰਭ ਹੈ ਲਿਆ ਤੇਰੇ ਕਾ ਸਾਥ ਸਭ ਕਾ ਲਾਦਾ ਪੂਤ ਦਇਆ ਸਤਨਾਇਆ ਹਾਥ ਕਬੀਰ ਯਤਨ ਕਾ ਚਾ ਕੁੰਭ ਹੈ ਮਨ ਕੀ ਅਰਬਾਤ ਕਬੀਰ ਨੈਨ ਨਿਹਾਰਿਆ ਨਹੀਂ ਫਲ ਜਵਨ ਕੀ ਆਸ ਕਬੀਰ ਦੁਨੀਆ ਤੇ ਤੀ ਦੋਰੀ ਚੰਦੀ ਦੀ ਯਮ ਸਰ ਹਰ ਕਬੀਰ ਕਾਇਆ ਕਤੋਂ ਕਾ ਮਨ ਜੋ ਮਨ ਸਤ ਕਰਬਾਨ ਮਾਰੋ ਤੋ ਮਨ ਮਿਰਗਲਾ ਮੈਂ ਤੋ ਤੁਝਾ ਜਾਨਾ
कबीर बिना जिस का मेरा चोरा को तक लगाए कबीर की जो पाने की जय सतगुरु पूरी पालों की जय सतगुरु स्वामी संत राम जी महाराज की जय सतगुरु स्वामी करना ब्रह्मचारी जी महाराज की जय परम पूज्य संत अमरनाथ जी महाराज की जय ब्रह्मलिंग स्वामी केवलदास जी महाराज की जय सारे ही महापुरुषों की संगत को बेनती बेनती है कि सारे ही दरबार साहब मंडल की कृपा का करो भोग का समा हो गया है कोई भी प्रेमी जन बाहर वाले संगत कमरा में बैठ ना रहे बिजलियां को करते हैं वो भी कृपा करके बच्चों को लैके पिछले बह जाए ता जो अगे शोर शराबा ना हो सो सारी ही संगत को बेनती है कि भोग का समा हो गया है कृपा का करो भोग की सत सारे थोड़ा जा पिछे नमो नमो सतपुरुष जय 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 जय
Oh.
Yeah.
ਦਰਬਾਰ ਕੀ ਜੈ ਗੁਰੂ ਸਤਿਗੁਰ ਸਾਹਿਬ ਜੀ ਮਹਾਰਾਜ ਕੀ ਜੈ ਗੁਰਦੇਵ ਸ਼੍ਰੀ ਦੇਵਦਾਸ ਜੀ ਮਹਾਰਾਜ ਕੀ ਜੈ ਸਰਬੋਦੇਵ ਬ੍ਰਹਮ ਸਾਗਰ ਜੀ ਭੋਲੀ ਵਾਲੇ ਮਹਾਰਾਜ ਕੀ ਜੈ ਸਵਾਮੀ ਜੈਤ ਰਾਮ ਜੀ ਮਹਾਰਾਜ ਕੀ ਜੈ ਸਵਾਮੀ ਰਿਆਲਦਾਸ ਜੀ ਮਹਾਰਾਜ ਕੀ ਜੈ ਸਵਾਮੀ ਸੰਤ ਰਾਮ ਜੀ ਮਹਾਰਾਜ ਕੀ ਜੈ ਸਵਾਮੀ ਲਾਲਦਾਸ ਜੀ ਮਹਾਰਾਜ ਕੀ ਜੈ ਸਵਾਮੀ ਜਗਦੀਸ਼ ਰਾਮ ਜੀ ਮਹਾਰਾਜ ਕੀ ਜੈ ਲੋ ਵਾਲੇ ਬ੍ਰਹਮਚਾਰੀ ਜੀ ਮਹਾਰਾਜ ਕੀ ਜੈ ਸ੍ਰੀ ਮਿਹਰਬਾਨ ਸਾਹਿਬ ਕੀ ਜੈ ਸਵਾਮੀ ਜਲੰਦਾਸ ਬ੍ਰਹਮਚਾਰੀ ਜੀ ਮਹਾਰਾਜ ਕੀ ਜੈ ਸਵਾਮੀ ਕੇਵਲਦਾਸ ਜੀ ਮਹਾਰਾਜ ਕੀ ਜੈ ਸ੍ਰੀ ਅਮਰਨਾਥ ਜੀ ਮਹਾਰਾਜ ਕੀ ਜੈ ਸਰਬ ਸੰਤੋਂ ਕੀ ਜੈ ਆਪਣੇ ਆਪਣੇ ਗੁਰਦੇਵ ਮਹਾਰਾਜ ਕੀ ਜੈ ਬੋਲੋ ਸੰਤੇ ਸਤਿ ਸਾਹਿ ਸਤਿ ਸਾਹਿ ਸਤਿ ਸਾਹਿ ਸਿੱਧਾਂ ਦੇਣ ਵਾਲੇ ਮੇਰੇ ਪਰਮ ਪੂਜਨੀਏ ਗੁਰਦੇਵ
ਸਵਾਮੀ ਚਰਨਦਾਸ ਬ੍ਰਹਮਚਾਰੀ ਜੀ ਮਹਾਰਾਜ ਜੀ ਗੁਰਦੇਵ ਦੇ ਸਮਾਨ ਜੀ ਪੂਜਨੀਕ ਗੁਰਦੇਵ ਸੰਤ ਅਮਰਨਾਥ ਮਹਾਰਾਜ ਜੀ ਗੁਰਦੇਵ ਸਵਾਮੀ ਕੇਵਲ ਦਾਸ ਮਹਾਰਾਜ ਜੀ ਸਤਿਗੁਰ ਸਾਹਿਬ ਬੰਦੀ ਛੋਰ ਮਾਤਾ ਜੀ ਦੇ ਪਾਵਨ ਦਰਬਾਰ ਰਾਮਪੁਰ ਧਾਮ ਵਿੱਚ ਪਰਮ ਤੀਰਥ ਤੇ ਸ਼ਿਵਰਾਤਰੀ ਦੇ ਸਮਾਗਮ ਦੇ ਸਾਡੇ ਸਾਹਿਬ ਬੰਦੀ ਛੋਰ ਮਹਾਰਾਜ ਜੀ ਦੇ ਗਰੀਬ ਦਾਸ ਸੰਪਰਦਾ ਦੇ ਮੁੱਖ ਸਥਾਨ ਜਿੱਥੋਂ ਕਿ ਸਾਰਾ ਹੀ ਸਾਡੀ ਬਾਣੀ ਦਰਬਾਰ ਸਾਹਿਬ ਸਤਿਗੁਰਾਂ ਦੀ ਕਿਰਪਾ ਲਿਆ ਸਭ ਕੁਛ ਪ੍ਰਗਟ ਹੋ ਰਿਹਾ ਹੈ। ਸ਼੍ਰਾਣੀ ਸਾਹਿਬ ਧਾਮ ਜੋ ਕਿ ਸਰਵਉੱਚ ਅਸਥਾਨ ਸਤਿਗੁਰ ਬੰਦੀ ਛੋਰ ਮਹਾਰਾਜ ਜੀ ਦਾ ਹੈ, ਉਸ ਅਸਥਾਨ ਦੇ ਪੀਠਾਧੀਸ਼ਰ ਸ਼੍ਰੀ ਮਹੰਤ ਦਿਆ ਸਾਗਰ ਮਹਾਰਾਜ, ਸ਼੍ਰੀ ਮਿਹਰਬਾਨ ਸਾਹਿਬ ਮਹਾਰਾਜ ਜੀ, ਸਤਿਗੁਰ ਬੰਦੀ ਛੋਰ ਧੂਰੀ ਵਾਲੇ ਬ੍ਰਹਮ ਸਾਗਰ ਮਹਾਰਾਜ ਜੀ ਦੇ ਪਰਮ ਅਸਥਾਨ ਸਿੱਧ ਪੀਠ ਮਹਾਨ ਅਸਥਾਨ ਦਮਦਮਾ ਸਾਹਿਬ ਨਿਰਵਾਣ ਸਥਾਨ ਸ਼੍ਰੀ ਜਰੂਰ ਸਾਹਿਬ ਧਾਮ ਦੇ ਪੀਠਾਧੀਸ਼ਰ ਗੁਰੂਆਂ ਦੇ ਸਮਾਨ ਪੂਜਨੀ ਸਵਾਮੀ ਵਿਦਿਆਨੰਦ ਮਹਾਰਾਜ ਜੀ, ਹੋਰ ਵੀ ਜਗ੍ਹਾ ਜਗ੍ਹਾ ਤੋਂ ਪਹੁੰਚੇ ਹੋਏ ਸਾਡੇ ਮਹਾਨ ਪੁਰਸ਼ ਸਤਿਗੁਰ ਬੰਦੀ ਛੋਰ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿਖੇ ਪਰਸੋਂ ਤੋਂ ਅੰਮ੍ਰਿਤਮਈ ਬਾਣੀ ਦੇ ਪਾਠ ਕਰਨ ਵਾਸਤੇ ਪਹੁੰਚੇ ਹੋਏ ਮਹਾਨ ਪੁਰਸ਼ ਪਾਠੀ ਔਰ ਸਤਿਗੁਰ ਸਾਹਿਬ ਜੀ ਦੇ ਇਸ ਸਮਾਗਮ ਵਿਖੇ ਸਮੂਹ ਪੰਜਾਬ ਦੀ ਚੰਡੀਗੜ੍ਹ ਜਾਂ ਹੋਰ ਦੂਰ ਨੇੜੇ ਤੋਂ ਦਿੱਲੀ ਤੋਂ ਹਰਿਆਣੇ ਤੋਂ ਸਭੀ ਜਗ੍ਹਾ ਤੋਂ ਪਹੁੰਚੇ ਹੋਏ ਸਤਿਗੁਰ ਦੇਵ ਜੀ ਦੇ ਪ੍ਰੇਮੀ ਹੰਸੋ, ਬੜਾ ਖੁਸ਼ੀ ਭਰਿਆ ਦਿਨ ਹੈ ਇਹ। ਸਤਿਗੁਰ ਬੰਦੀ ਛੋੜ ਮਹਾਰਾਜ ਜੀ ਦੇ ਦਰਬਾਰ ਵਿਖੇ ਅੱਜ ਸ਼ਿਵਰਾਤਰੀ ਦੇ ਸ਼ੁਭ ਅਵਸਰ 'ਤੇ ਜਿੱਥੇ ਸਵਾਮੀ ਸੰਤ ਰਾਮ ਮਹਾਰਾਜ ਜੀ ਦਾ ਅੱਜ 43ਵਾਂ ਨਿਰਵਾਣ ਦਿਵਸ ਹੈ, ਇਸ ਮੌਕੇ 'ਤੇ ਪਰਸੋਂ ਤੋਂ ਚੱਲ ਰਹੇ 3 ਸ਼੍ਰੀ ਅਖੰਡ ਪਾਠਾਂ ਦੇ ਜਾਪ ਸੰਪੂਰਨ ਹੋ ਰਹੇ ਹਨ ਔਰ 2 ਸਹਿਜ ਪਾਠ, 1 ਸਹਿਜ ਪਾਠ ਅਵਤਾਰ ਸਥਾਨ 'ਤੇ, 1 ਸਹਿਜ ਪਾਠ ਇਸ ਕੁਟੀਆ ਦੇ ਦਰਬਾਰ ਦੀ ਛਤਰੀ ਸਾਹਿਬ ਦੇ ਅੰਦਰ, ਉਹਨਾਂ ਦੇ ਵੀ ਨਾਲ ਨਾਲ ਤੋਂ ਪਾਏ ਗਏ ਹਨ। ਸੋ ਇਸ ਸਮਾਗਮ 'ਤੇ 5 ਪਾਠਾਂ ਦੇ ਭੋਗ ਸੰਪੂਰਨ ਹੋਏ ਹਨ। ਇਸ ਮੌਕੇ 'ਤੇ ਮਹਾਨ ਪੁਰਸ਼ਾਂ ਦੇ, ਗੁਰੂ ਜਨਾਂ ਦੇ ਸਾਨੂੰ ਸਭੀ ਨੂੰ ਦਰਸ਼ਨ ਹੋਏ ਹਨ। ਸਤਿਗੁਰ ਸਾਹਿਬ ਬੰਦੀ ਛੋਰ ਮਹਾਰਾਜ ਜੀ ਦੇ ਇਸ ਸਮਾਗਮ ਵਿਖੇ ਪਰਸੋਂ ਤੋਂ ਲੈ ਕੇ ਹੀ ਦੂਰ ਨੇੜੇ ਤੋਂ ਸੰਗਤਾਂ ਦਾ ਆਉਣਾ ਜਾਣਾ ਬਣਿਆ ਹੋਇਆ ਹੈ, ਕਿਉਂਕਿ ਅੱਜ ਕੱਲ੍ਹ ਵਿਆਹਾਂ ਦੇ ਵੀ ਜ਼ੋਰ ਹਨ। ਰੋਜ਼ ਹੀ ਕੋਈ ਨਾ ਕੋਈ ਵਿਆਹਾਂ ਦੇ ਪ੍ਰੋਗਰਾਮ ਸਾਡੇ ਇਲਾਕੇ ਵਿੱਚ ਹਨ, ਜਿਸ ਕਰਕੇ ਸੰਗਤਾਂ ਨੂੰ ਉੱਧਰ ਵੀ ਹਾਜ਼ਰੀਆਂ ਲਾਉਣੀਆਂ ਪੈਂਦੀਆਂ ਹਨ ਔਰ ਸਤਿਗੁਰਾਂ ਦੇ ਦਰਬਾਰ ਵਿੱਚ ਵੀ ਸਭੀ ਸੰਗਤਾਂ ਨੇ ਰੋਜ਼ ਵਿਆਹਾਂ ਦੇ ਵਿੱਚ ਹਾਜ਼ਰੀਆਂ ਨਾ ਦੇ ਹੋਏ ਵੀ ਸਤਿਗੁਰਾਂ ਦੇ ਦਰਬਾਰ ਵਿੱਚ ਆ ਕੇ ਹਾਜ਼ਰੀਆਂ ਲਗਾਈਆਂ ਹਨ। ਪਰਸੋਂ ਤੋਂ ਲੈ ਕੇ ਬੰਦੀ ਛੋੜ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੇ ਅਖੰਡ ਪਾਠ, ਸਤਿਗੁਰੂ ਸਾਹਿਬ ਜੀ ਦੇ ਅਵਤਾਰ ਦੇ ਸੰਬੰਧ ਵਿੱਚ ਕਥਾ ਸਤਸੰਗ, ਬਾਣੀ ਦੇ ਸਤਸੰਗ ਆਪ ਪਰਸੋਂ ਤੋਂ ਹੀ ਸ਼ਰਵਣ ਕਰਦੇ ਆ ਰਹੇ ਹੋ। ਅੱਜ ਜੋ ਵੀ ਬਾਹਰੋਂ ਸੰਗਤ ਪਹੁੰਚੀ ਹੈ, ਸਭੀ ਸਤਿਗੁਰ ਬੰਦੀ ਛੋੜ ਮਹਾਰਾਜ ਜੀ ਦੇ ਕੁਟੀਆ ਦੇ ਦਰਬਾਰ ਵਿਖੇ ਜੋ ਵੀ ਸੰਗਤ ਇਕੱਤਰਤ ਹੈ, ਗੁਰੂ ਪਿਆਰੀ ਸੰਗਤ ਜੀ, ਉਹ ਇਹ ਸਤਿਗੁਰੂ
साहब बंदी छोर महाराज भोली वाले ग्रंथ सागर साहब जी महाराज जी का बाल अवस्था के निवास स्थान है जिथे स्वामी संत राम महाराज जी ने अपने घर कमलों नाल इस दरबार की नींव रखते हुए इसमें भाग लाए हैं। इसी तरह इस चारदारी के अंदर स्वामी संत राम महाराज जी, गुरुदेव महाराज जी, अमरनाथ महाराज जी, केवलदास महाराज जी, माई भगती इन्हों महान पुरशों का पूरा पूरा जीवन इस दरबार में सेवा सिमरन करद्या वजीत होया है। सो सारी धरती महान पुरशों के तपस्थान की धरती है। इस तपस्थान से सिमरन भजन वाले स्थान पर पवित्र भूमि पर आप सभी पहुँचे हो। सतगुर बंदी छोड़ महाराज जी का दरबार जिथे इस नगरी विखे सतगुरु जी ने अवतार लैके अवतार स्थान पर भाग लाए हैं, उसनु परम तीर्थ बनाया है। इतने बंदी छोड़ महाराज जी ने 21-22 साल तक इस धरती पर निवास करते हुए इस धरती में भाग लाए हैं। सो सतगुर साहब बंदी छोड़ महाराज जी के अति पावन इस स्थान पर आके सभी महान पुरशों के दर्शन करते हुए संगत धन हो रही हैं। सभी संगत ने जो परसों तो इस समागम के तन मन धन के नाल लगे हुए हैं, कोई हथी सेवा कर रहा है, कोई धन की सेवा कर रहा है, कोई मन करके सतगुरु जी का पाठ सत्संग कर रहा है, ध्यान कर रहा है, तन मन धन की सेवा करके जो भी संगत परसों तो इस दरबार में पहुंचिया हैं, सभी वालों के समष्टि रूप के तीन श्री खंड पाठ परसों तो प्रारंभ हुए। बंदी छोड़ महाराज जी का पाठिया ने बहुत ही प्रेम नाल साडे महान पुरशां ने, साडे गुर भाइयों ने, महान पुरशां ने और भगतां ने पाठिया ने मिलके बंदी छोड़ महाराज जी की अमृतमय बाणी बहुत ही प्रेम प्यार दे नाल सतगुरु जी के जाप का उच्चारण किया है। ये सारिया ही संगत वालों सांझे रूप के तीन श्री खंड पाठों का समागम सारिया ही संगत वालों है और इस कुटिया के छतरी साहब के एक सहज पाठ तो पाए गए हैं और अवतार स्थान के दरबार में भी अज एक सहज पाठ के भोग पाए गए हैं। जेडे कि त्रौदशी का हर महीने भोग पाए जाते हैं। इस विच लुधियाने तो साडे इस ट्रस्ट के चेयरमैन और वाइस चेयरमैन रविकांत नील कुमार दोनों भरावों वालों एक पाठ जोड़ा है, एक सहज पाठ जोड़ा है उन्होंने वालों है। एक पाठ सतगुरु जी के अवतार स्थान के सतगुरु बंदी छोड़ महाराज जी के हंस बाबू तसेमदास भानपुर वाले उन्होंने वालों एक पाठ सतगुरु जी के अवतार स्थान के सहज पाठ को पाए गए। सारिया ही संगत वालों सांझे रूप के जो बाणी के जाप अखंड पाठ के रूप में होए हैं सतगुरु साहब बंदी छोड़ महाराज जी के चरण कमलों के मैं प्रार्थना करता हाँ कि सभी संगत वालों जो भी तिल फुल हाजिर होया है, हथी सेवा हुई है, सतगुरु के दरबार में हाजरियां लाइया हैं, सभी संगत ने सभी संगत वास्ते मेरी सांझे रूप में प्रार्थना है कि सतगुरु साहब बंदी छोड़ महाराज सभी संगत पर दया कृपा बनाई रखन, सभी संगत की सेवा अपने श्री दरबार में प्रवान कर, सभी संगत सतगुरु जी महाराज अपने चरण कमलों का प्यार प्रेम बख्शते रहन। धन धन सतगुरु पुरी वाले ब्रह्म सागर महाराज जिन्हों की अपरंपार महिमा है, रामपुर धाम के सतगुरु जी अवतार लैके भगती और मुक्ति के भंडार लैके संसार में वंडन वास्ते
संसार के भले वास्ते हित वास्ते सतगुरु जी इस धरती से प्रगट हुए सन। बेशक सतगुरु गुरी वाले ग्रंथ सागर महाराज जी, सतगुरु गरीब दास महाराज जी साहब जी के 125 शिष्य जो ब्रह्म वेदा पुरश सन, ब्रह्म ज्ञानी महान पुरश सन, उन्होंने बहुत ही श्रद्धावान, बहुत ही ब्रह्म ज्ञानी, ब्रह्म वेदा पुरश स्वामी प्रेम दास महाराज जी शिरोमणि शिष्य सन, जिन्होंने सतगुरु जी ने प्रेम का भंडार बख्शिश करके अगे संत परंपरा तो प्रेम का भंडार बंडन वास्ते आग्ञा बख्शिश की है स्वामी प्रेम दास महाराज जी की। 8वीं पीढ़ी में अगे तो अगे शिष्या की 8वीं पीढ़ी के सतगुरु भूरी वाले ब्रह्म सागर महाराज इस रामपुर धाम के गरीब दास साहब जी महाराज 8वीं पीढ़ी के आए हैं। ऐसा सुनया है कि सतगुरु जी ने क्या था कि 8 पीढ़ियां पहला सतगुर आए थे और 8 पीढ़ियां बाद फिर सतगुर आएंगे। ये नहीं पता सतगुर गरीब दास महाराज जी 8 पीढ़ियां बाद 8 पीढ़ियां पहला आए 8वीं पीढ़ी से फिर गरीब दास महाराज जी पूरी वाले सतगुर के रूप में आए। तो सतगुरु जी ने कहते इशारा किया 8 पीढ़ियां बाद सतगुर फिर आएंगे, किस जगह आएंगे, गरीब दास महाराज जी के शिष्य परंपरा के ही सतगुर प्रगट होंगे, ऐसे भविष्यवाणी सतगुरु जी की है। सो गरीब दास महाराज जी का ही रूप सतगुरु ब्रह्म सागर जी पूरी वाले महाराज जिन्होंने मालेवाल के कहा था कि साडा ये दूसरा भंडारा है, पहला भंडारा सी काशी नगर के काशी में किया था, दूसरा मालेवाल में कर रहे हैं। ऐसे मनीष और अंतरजामी साहेब जिन्होंने काल और महाकाल भी जिन्हों को डरता है, ऐसे पार ब्रह्म परमेश्वर के स्वरूप पूर्ण ब्रह्म साहेब सतगुरु पूरी वाले ब्रह्म सागर महाराज जी साहेब जी की ही सारी महिमा है। चाहे स्वामी संतरा महाराज जी की वर्सी के रूप में असी सभी संत स्वामी संतरा महाराज जी की पवित्र याद में जिते पहुंचे हाँ, उन्होंने वर्सी के मौके पर पहुंचे हाँ, लेकिन स्वामी संतरा महाराज जी का जीवन अगर उन्होंने जीवन से असी झात मारीे, उन्होंने जीवन एक पतिवर्ता देवी की तरह पूरा जीवन 29-30 साल तक इतिहास के भी आता है कि 1918 तो लैके 1947 तक 29 साल तक सतगुरु जी पूरी वाले महाराज जी के चरण कमलों की सेवा के स्वामी संतरा महाराज जी हमेशा ही हाथ जोड़ के हाजिर नाजिर है। और फिर उन्होंने इस परम कीर्त को प्रगट करने वास्ते सतगुरु जी इस धरती से इस नगरी के आके सिमरन भजन करते हुए 25 साल तक इस धरती में भाग लाए, इस दरबार का निर्माण किया, सारी सेवा करवाई, उन्होंने सिमरन भजन, उन्होंने सच्चे संकल्प, उन्होंने शिष्य गुरुदेव महाराज स्वामी संतरा महाराज जी के सच्चे पुके संकल्प को उन्होंने शिष्या ने, गुरुदेव महाराज जी ने, संत अमरनाथ महाराज जी ने, स्वामी केवलदास महाराज जी ने सकार रूप के लिया के अज सानू सभी संगतानों बहुत सुंदर रूप के दर्शन हो रहे हैं।